ਇਹ ਗੱਲ ਕਹਿ ਕੇ ਆਇਆ ਵੀ ਮੰਜੇ ਖੜੇ ਰੱਖਣੇ ਆ, ਜੇ ਤਾਂ ਆ ਗਏ ਤਾਂ ਢਾ ਦਿਓ, ਨਹੀਂ ਠੀਕ ਆ। ਜਿਹੜਾ ਕਹਿੰਦੀ ਹੈ ਕਿ ਸਰਕਾਰ ਮਢੀਰ ਆ, ਨਸ਼ੇ ਕਰਦੀ ਆ, ਉਹਨੂੰ ਪਤਾ ਹੋਣਾ ਚਾਹੀਦਾ ਕਿ ਅੱਜ ਅਸੀਂ ਨਸ਼ੇ ਨਹੀਂ, ਮਢੀਰ ਨਹੀਂ ਹੈਗੀ, ਅਸੀਂ ਇੱਕ ਨੌਜਵਾਨ ਦੇ ਪੁੱਤ ਹਾਂ, ਇੱਕ ਕਿਸਾਨ ਦਾ ਪੁੱਤ ਹਾਂ। ਤਾਂ ਕਰਕੇ ਇਹ ਗੱਲ ਕਹਿਣੇ ਆ ਕਿ ਅਸੀਂ ਗੰਦੀ ਸਰਕਾਰ ਆ ਜਿਹੜੀ, ਉਹਦੇ ਖਿਲਾਫ ਪੂਰਾ ਜੱਜ ਕੇ ਮੋਰਚਾ ਲਾਉਣਾ। ਤੁਸੀਂ ਜੀ ਪਾਰਟੀ ਵੱਲੋਂ ਆਏ ਕਿ ਕਿਸਾਨਾਂ ਦੇ ਨਾਲ ਆਏ ਹੋ? ਨਹੀਂ ਨਹੀਂ, ਕਿਸਾਨਾਂ ਵੱਲੋਂ ਆਏ, ਪਾਰਟੀ ਦਾ ਤਾਂ ਇੱਥੇ ਕੋਈ ਮੁੱਦਾ ਹੀ ਨਹੀਂ। ਚੋਣਾ ਬਾਬਾ ਜੀ ਦੀ ਗੱਲ ਵੀ ਸੁਣ ਲੈਂਦੇ ਆ। ਧੰਨਵਾਦ ਤੁਹਾਡਾ। ਬਾਬਾ ਜੀ ਤੁਸੀਂ ਵੀ ਦਿੱਲੀ ਜਾ ਰਹੇ ਹੋ? ਹੋਰ ਦਿੱਲੀ ਜਾ ਰਿਹਾ, ਕੰਮ ਕਰ ਗਿਆ ਮੈਂ ਫਤਿਹ। ਅਸੀਂ ਗੁਰੂ ਸਾਹਿਬ ਦੇ ਸਿੰਘ ਆ, ਗੁਰੂ ਗੋਬਿੰਦ ਸਿੰਘ ਦੇ ਸਾਰੇ ਮੋਰਚੇ ਉਹਨਾਂ ਸਿੱਖੇ, ਇਹ ਵੀ ਉਹਨਾਂ ਦੇ ਬੱਚੇ ਆ, ਜਿੱਤ ਕੇ ਆਵਾਂਗੇ। ਉੱਧਰ ਦੇਖੋ 20 ਕਿਲੋਮੀਟਰ ਇਹ ਅੱਗੇ ਨੂੰ ਇੱਧਰ, ਠੀਕ ਹੈ, ਮੇਰੇ ਤੋਂ 10 ਕਿਲੋਮੀਟਰ ਇਹ ਇੱਧਰ ਪਿੱਛੇ ਨੂੰ ਹੈ। ਮਤਲਬ ਕਿ ਕਿਸਾਨ ਆਪਣਾ ਸਾਰਾ ਸਮਾਨ 3 ਮਹੀਨੇ ਦਾ ਰਾਸ਼ਨ ਪਾਣੀ ਲੈ ਕੇ ਜਾ ਰਹੇ ਨੇ ਦਿੱਲੀ ਵੱਲ ਨੂੰ। ਜਿਹੜੇ ਬਾਰਡਰ ਨੇ ਕਿਤੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ, ਕਿਸਾਨ ਉੱਥੇ ਰੁਕਦੇ ਨਹੀਂ ਹੈ। ਮਤਲਬ ਕਿ ਜੀ 30 ਕਿਲੋਮੀਟਰ ਲੰਬਾ ਐਡਾ ਕਾਫਲਾ ਅੱਜ ਤੱਕ ਟਰੈਕਟਰਾਂ ਦਾ ਕਦੀ ਨਹੀਂ ਦੇਖਿਆ, ਜੋ ਅੱਜ ਦੇਖਣ ਨੂੰ ਮਿਲ ਰਿਹਾ ਹੈ। ਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ, ਉਹ ਕਹਿ ਰਹੇ ਨੇ ਬਈ ਅਸੀਂ ਤਾਂ ਹੁਣ ਜਿਹੜੇ ਬਿੱਲ ਨੇ ਇਹ ਵਾਪਸ ਕਰਵਾ ਕੇ ਹੀ ਵਾਪਸ ਆਵਾਂਗੇ। ਇਹ ਅਸੀਂ ਆਪਣੇ ਘਰਦਿਆਂ ਨੂੰ ਕਹਿ ਦਿੱਤਾ ਹੈ ਵੀ ਕਣਕ ਨੂੰ 3 ਪਾਣੀ ਲੱਗਣੇ ਨੇ, ਰੱਬ ਮੀਂਹ ਪਾ ਦੇਗਾ, ਠੀਕ ਹੈ, ਤਾਂ ਮੀਂਹ ਦੇ ਨਾਲ ਗੱਲ ਬਣ ਜਾਏਗੀ, ਨਹੀਂ ਤਾਂ ਫਿਰ ਘਰਦੇ ਆਪੇ ਮਗਰੋਂ ਹੁਣ ਕਹਿੰਦੇ ਇੰਤਜ਼ਾਮ ਕਰ ਲੈਣਗੇ ਇੱਕ ਦੂਜੇ ਦੀ ਹੈਲਪ ਕਰਕੇ, ਪਿੰਡਾਂ ਵਾਲੇ ਜਿਹੜੇ ਹੈਗੇ ਨੇ। ਬਟ ਕਹਿੰਦੇ ਅਸੀਂ ਹੁਣ ਚੱਲੇ ਹਾਂ ਦਿੱਲੀ ਪੱਕਾ ਧਰਨਾ ਲਾਉਣ, ਤੇ ਜਿਹੜੇ 3 ਕਾਲੇ ਕਾਨੂੰਨ ਨੇ ਇਹਨਾਂ ਨੂੰ ਰੱਦ ਕਰਵਾ ਕੇ ਹੀ ਕਹਿੰਦੇ ਆਉਣਾ ਹੈ। ਗੱਲਾਂ ਬਾਤਾਂ ਦੌਰਾਨ ਜੋ ਪਤਾ ਲੱਗਾ ਵੀ ਇਹ ਮੈਜੋਰਿਟੀ ਕਿਸਾਨ ਉਹ ਨੇ ਜਿਨ੍ਹਾਂ ਦੀ ਜ਼ਮੀਨ 5 ਏਕੜ ਤੋਂ ਘੱਟ ਹੈ। ਇਹਨਾਂ ਦਾ ਕਹਿਣਾ ਇਹ ਹੈ ਵੀ ਜਿਹੜੇ ਇਹ ਕਾਲੇ ਕਾਨੂੰਨ ਨੇ ਇਹਦੇ ਨਾਲ ਕੀ ਹੋਵੇਗਾ, ਛੋਟਾ ਕਿਸਾਨ ਜਿਹੜਾ ਹੈ, ਜਿਹਨੂੰ ਇਹ ਕਹਿ ਰਹੇ ਨੇ 5 ਏਕੜ ਤੋਂ ਘੱਟ ਵਾਲਾ, ਇਹ ਕਹਿ ਰਹੇ ਨੇ ਵੀ ਉਹ ਖਤਮ ਹੋ ਜਾਏਗਾ, ਠੀਕ ਹੈ ਨਾ। ਇਹ ਵੱਡਾ ਕਿਸਾਨ ਤਾਂ ਸ਼ਾਇਦ ਸਰਵਾਈਵ ਕਰ ਜਾਵੇ, ਬਟ ਛੋਟੇ ਕਿਸਾਨ ਨੂੰ ਇਹ ਕਹਿ ਰਹੇ ਨੇ ਹੌਲੀ ਹੌਲੀ ਮਜਬੂਰ ਹੋਣਾ ਪੈ ਜਾਏਗਾ ਕਿ ਉਹ ਆਪਣੀ ਜ਼ਮੀਨ ਜਿਹੜੀ ਆ ਉਹ ਵੱਡੇ ਕਿਸਾਨ ਨੂੰ ਵੇਚ ਦੇਵੇ। ਮਤਲਬ ਜੀ ਅੱਜ ਤੱਕ ਇਹੋ ਜਿਹਾ ਮਾਹੌਲ ਕਦੀ ਨਹੀਂ ਦੇਖਿਆ, ਠੀਕ ਹੈ, ਲੋਕਾਂ ਦੇ ਵਿੱਚ ਇਹੋ ਜਿਹੀ ਏਕਾ ਕਦੀ ਨਹੀਂ ਦੇਖੀ ਜੋ ਇਸ ਵਕਤ ਹੈਗੀ ਹੈ। ਦੇਖ ਲਓ, ਤੁਸੀਂ ਖੁਦ ਦੇਖ ਲਓ ਕਾਫਲਾ ਕਿੱਡਾ ਹੈ। ਮਤਲਬ ਮੈਂ ਤੁਹਾਨੂੰ ਪਿੱਛੇ ਨੂੰ ਜਾ ਕੇ ਹੁਣ ਦਿਖਾ ਰਿਹਾ, ਕਾਫੀ ਟਾਈਮ ਤੋਂ ਤੁਰਿਆ ਸੀ, ਸੋਚਿਆ ਦੇਖਦਾ ਪਿਆ ਸੀ ਕਿੱਡਾ ਆ, ਗੱਲਾਂ ਬਾਤਾਂ ਕਰ ਰਹੇ, ਸੋਚਿਆ ਕਿ ਵੀਡੀਓ ਵੀ ਬਣਾ ਲਵਾਂ। ਆਹ ਲਓ ਜੀ, ਆ ਝਾੜੂ ਵਾਲੇ ਵੀ ਆਏ ਹੋਏ ਨੇ, ਇਹਨਾਂ ਦੇ ਇੱਕ MLA ਨੇ ਤੇ ਇੱਕ ਇਹਨਾਂ ਦੀ ਲੀਡਰ ਨੇ ਅਨਮੋਲ ਗਗਨ ਮਾਨ ਜੀ। ਆਹ ਦੇਖੋ ਜੀ, ਇਹ ਵੀ ਬੈਠੇ ਨੇ ਟਰੈਕਟਰ ਦੇ ਉੱਤੇ, ਇਹ ਵੀ ਕਿਸਾਨਾਂ ਦੇ ਨਾਲ ਜਾ ਰਹੇ ਨੇ, ਦਿੱਲੀ ਕੂਚ ਕਰ ਰਹੇ ਨੇ। ਇੱਧਰ ਵੀ ਦੇਖੋ ਜੀ ਧਰਨਾ ਹੋ ਰਿਹਾ, ਦੇਖੋ ਕਿੱਡਾ ਆ ਜੀ ਕਾਫਲਾ, ਕਿਆ ਹੀ ਬਾਤ ਹੈ ਬਈ। ਪੱਕੇ ਇਰਾਦੇ ਨਾਲ ਕਿਸਾਨ ਕਹਿੰਦੇ ਜਾ ਰਹੇ ਆ, ਕਹਿੰਦੇ ਅਸੀਂ ਆਪਣਾ ਰਾਸ਼ਨ ਪਾਣੀ ਲੈ ਕੇ ਜਾ ਰਹੇ ਆ ਨਾਲ, ਕਹਿੰਦੇ ਜੇ ਉੱਥੇ ਕੋਈ ਇਦਾਂ ਹੋਇਆ ਦਿੱਲੀ ਦੇ ਵਿੱਚ ਤਾਂ ਕੀ ਕਰਾਂਗੇ। ਕਹਿੰਦੇ 10 ਦਿਨ ਬਾਅਦ ਸਾਡੀਆਂ ਇੱਥੋਂ ਗੱਡੀਆਂ ਜਾਇਆ ਕਰਨਗੀਆਂ, 10 ਦਿਨ ਬਾਅਦ ਗੱਡੀਆਂ ਸਾਡੇ ਇੱਥੇ ਹੋਰ ਕੱਪੜੇ ਸਮਾਨ ਜੋ ਵੀ ਆ ਲੈ ਕੇ ਜਾਣਗੀਆਂ, ਨਵੇਂ ਬੰਦੇ ਉੱਥੇ ਬਹਿ ਜਾ ਕਰਨਗੇ, ਜੇ ਪੁਰਾਣੇ ਕਿਸੇ ਨੂੰ ਵਾਪਸ ਆਉਣ ਦੀ ਲੋੜ ਆ ਵਾਪਸ ਆ ਜਾ ਕਰੇਗਾ, ਬਟ ਉੱਥੇ ਪੱਕਾ ਧਰਨਾ ਕਹਿੰਦੇ ਚੱਲੇਗਾ। ਮਤਲਬ ਦੇਖ ਲਓ ਜੀ, ਮਤਲਬ ਉਹ ਦੇਖੋ ਤੁਹਾਨੂੰ ਕਿਹਾ ਸੀ 20 ਕਿਲੋਮੀਟਰ ਅੱਗੇ ਨੂੰ ਅਤੇ ਪਿੱਛੇ ਨੂੰ 10 ਕਿਲੋਮੀਟਰ, ਬਸ ਦੇਖ ਲਓ ਇਹ ਧਰਨਾ ਨਹੀਂ ਜੀ ਖਤਮ ਹੋ ਰਿਹਾ। ਐਡਾ ਕਾਫਲਾ ਅੱਜ ਤੱਕ ਲਾਈਫ ਦੇ ਵਿੱਚ ਜ਼ਿੰਦਗੀ 'ਚ ਕਦੀ ਨਹੀਂ ਦੇਖਿਆ ਜਿੱਡਾ ਇਹ ਹੈ। ਕਿਸਾਨਾਂ ਦੇ ਨਾਲ ਮੈਂ ਕਹਿੰਦਾ ਸਾਰੇ ਪੰਜਾਬੀਆਂ ਨੂੰ ਇੱਕ ਵਾਰ ਆ ਕੇ ਗੱਲਾਂ ਕਰਕੇ ਸੁਣੋ, ਇਹਨਾਂ ਦੀਆਂ ਮੰਗਾਂ ਬਿਲਕੁਲ ਜਾਇਜ਼ ਨੇ ਜੋ ਇਹ ਗੱਲਾਂ ਕਰ ਰਹੇ ਨੇ। ਸਾਰਿਆਂ ਨੂੰ ਇਹਨਾਂ ਨੂੰ ਇਹੀ ਖਦਸ਼ਾ ਹੈ ਕਿਸਾਨਾਂ ਨੂੰ ਕਿ ਜਿਹੜਾ 5 ਏਕੜ ਤੋਂ ਛੋਟਾ ਕਿਸਾਨ ਹੈ, ਇਹ ਕਿਸਾਨਾਂ ਦਾ ਕਹਿਣਾ ਵੀ 5 ਏਕੜ ਤੋਂ ਛੋਟਾ ਕਿਸਾਨ ਜਿਹੜਾ ਮੋਦੀ ਦੇ ਕਾਲੇ ਕਾਨੂੰਨਾਂ ਕਰਕੇ ਖਤਮ ਹੋ ਜਾਏਗਾ। ਸਾਰੇ ਕਿਸਾਨ ਜਿਹੜੇ ਨੇ ਇਹਨਾਂ ਵਿੱਚ ਬਹੁਤ ਜ਼ਿਆਦਾ ਏਕਾ ਹੈ, ਮਤਲਬ ਕਿ ਕਿਆ ਹੀ ਬਾਤ ਹੈ। ਕਹਿ ਰਹੇ ਨੇ ਵੀ ਜਾਂ ਤਾਂ ਹੁਣ ਮੋਦੀ ਨਹੀਂ ਤੇ ਜਾਂ ਤਾਂ ਫਿਰ ਅਸੀਂ ਨਹੀਂ। ਆਹ ਦੇਖ ਲਓ ਜੀ, ਕਿਸਾਨਾਂ ਦੇ ਮੂੰਹੋਂ ਹੀ ਸੁਣ ਲਓ, ਮੇਰੇ ਕੋਲੋਂ ਕੀ ਲੈਣਾ, ਅਸੀਂ ਇੱਕ ਪਾਸਾ ਕਰਕੇ ਛੱਡਾਂਗੇ ਬਸ। ਕਿਸਾਨਾਂ ਨੇ ਸੱਚੀ ਗੱਲ ਹੈ, ਜਿੰਨੇ ਨਾਲ ਗੱਲ ਕੀਤੀ ਆ ਕਹਿੰਦੇ ਅਸੀਂ ਨਹੀਂ ਹੁਣ ਮੁੜਨਾ, ਕਹਿੰਦੇ ਹੁਣੇ ਜਾਂ ਤਾਂ ਕਾਲੇ ਕਾਨੂੰਨ ਵਾਪਸ ਹੋਣਗੇ ਫੇਰ ਹੀ ਆਵਾਂਗੇ। ਮਰੇਗਾ ਗਈ, ਆਹ ਦੇਖ ਲਓ ਜੀ, ਕਹਿੰਦੇ ਮਰ ਤਾਂ ਗਏ ਆ, ਕਹਿੰਦੇ ਉਦਾਂ ਵੀ ਮਰਨਾ ਹੀ ਆ ਤੇ ਇੱਦਾਂ ਮਰ ਜਾਵਾਂਗੇ। ਕਹਿੰਦੇ ਜਾਂ ਤਾਂ ਹੁਣ ਗੋਲੀ ਸਾਨੂੰ ਮੋਦੀ ਮਾਰ ਦੇਵੇ, ਗੋਲੀ ਮਾਰ ਦੇਵੇ, ਤੇ ਜਾਂ ਕਹਿੰਦੇ ਕਾਲੇ ਕਾਨੂੰਨ ਵਾਪਸ ਲੈ ਲਵੇ। ਮੈਂ ਤਾਂ ਇਹੀ ਕਹੂੰਗਾ ਪੰਜਾਬੀਓ ਸਾਰੇ ਜਾਣੇ ਇਕੱਠੇ ਹੋ ਕੇ ਕਿਸਾਨਾਂ ਦਾ ਸਾਥ ਦਿਓ। ਆ ਇੱਧਰ ਵੀ ਹੋਰ ਵੀਰ ਹੈਗੇ ਨੇ, ਇਹ ਵੀ ਕਹਿ ਰਹੇ ਨੇ ਕੋਈ ਗੱਲਬਾਤ ਕਰਨੀ, ਇਹਨਾਂ ਦੀ ਵੀ ਸੁਣਦੇ ਆ। ਹਾਂਜੀ ਵੀਰ ਜੀ। ਹਾਂਜੀ ਦਿੱਲੀ ਕੂਚ ਕਰ ਰਹੇ ਜੀ ਅਸੀਂ, ਪਹਿਲਾਂ ਇੱਥੇ 1-2 ਦਿਨ ਇੱਥੇ ਰੁਕੇ ਅਸੀਂ ਆਪਣੇ ਖਨੌਰੀ ਬਾਰਡਰ ਤੇ, तो असी दिल्ली कूच कर रहे हूँ। उत्थे जाके पूरा एंड जिन्ना सातों जोर लगूगा असी आर्डीनेंस रद्द करा के ही मुड़ांगे। घरें कह के आए हैं भी उन्ना चिर वापस नहीं आवांगे जिन्ना चिर असी रद्द नहीं करा के आंदे आर्डीनेंस। मैं तुहानू दसी जाना भी 3 महीने का राशन तो किसान लैके जा रहे ने ते किसान ये कह रहे ने भावें साल उत्थे बहना पै जाए। पूछो जी आ देख लो जी ये किसानां दीयां गल्लां ने सारियां, चाहे सानू साल लगे चाहे 6 महीने चाहे महीने चाहे हफ्ता लगे असीं आर्डीनेंस बंद करा के ही मुड़ांगे। ये सारे किसानां दी इक्को ही आवाज है जिन्ने भी हैगे ने। किसान यूनियन एकता उग्राह जिंदाबाद, भारती किसान यूनियन एकता उग्राह जिंदाबाद, भारती किसान यूनियन एकता उग्राह जिंदाबाद। होर भी आपां देखदे हां मोदी दे मुर्दा मोदी मुर्दाबाद दे नारे भी लग रहे ने जी। मोदी सरकार मुर्दाबाद, मोदी सरकार मुर्दाबाद। देखो जी किसानां दी एकता देखो मुर्दाबाद, सारे इकट्ठे ने ठीक है। मतलब किसानां दी एकता देखो तुसी 30 किलोमीटर लंबा काफिला है जी ये 30 किलोमीटर। मतलब कि सच्चियां गल्लां दस्सां तां मतलब तुर तुर के तां यार मैं थक गया खुद ठीक है ना। बिच बिच कदी किसी ना किसी ट्रैक्टर के उत्ते भी बह जीदा आ ठीक है ना। इस करके वीरे देखो हुण आ वीरे इधर भी किसान बैठे ने 100 किलोमीटर दूर तो आए हैं जी। 100 किलोमीटर जी 100 किलोमीटर दूर तो आए हैं। गंदी सरकार दे जिहड़ियां मोदी सरकार आ उहदे खिलाफ पूरा जज के जिहड़ा कि भावें महीने का पूरा मस के आया भी जाने नहीं घरे जिन्ना चिर हल नहीं हुंदा साडा। सारे किसानां दा जी इक्को ही गल है नाल अपणियां ट्रालियां दे विच समान लेके जा रहे ने राशन। पिंडों असीं 4 ट्रालियां लेके आए, ये 2 ट्रालियां पूरियां राशन दियां पूरा प्रबंध लेके आए हैं, नाल कपड़ा लीड़ा सारा फुल लेके आए हैं। घरे ये गल कह के आए हैं भी मंजे खड़े रखने आ जे तां आ गए तां डाह दिओ नहीं ठीक आ। देख लो गल्लां सुण लो किसानां दियां ठीक है। नौजवान तो लैके बजुर्गां तक ये सारे चल रहे ने जी। इत्थे ये नहीं है कि कल्ले साडे नाल नौजवान ने कल्ला बजुर्ग है बापू सी सलाह लैण वास्ते लियांदा इनू। असी 200 बंदा जिहड़ा यूथ आया कल्ला जिहड़ा कहदी है कि सरकार मढीरा नशे करदी है उन्होंने पता होना चाहिए कि अज असी नशे नहीं मढीर नहीं हैगी। असी एक नौजवान दे पुत्त आं एक किसान दा पुत्त आं तां करके ये गल कहणे आ कि असी गंदी सरकार आ जिहड़ी उहदे खिलाफ पूरा जज के मोर्चा लाउणा। ये सारे किसानां दी इक्को ही आवाज है देख लो इन्हां दी तुसीं दृढ़ फैसले देख लो भी लैके आए ने किसान। मतलब पूरा पूरा इन्हां ने जी प्लान कीता भी कहंदे मोदी नूं हुणे इह जाके दिखांगे और देख लो कहंदे गल तों फड़ लेना मोदी नूं ठीक है। मतलब बहुत ज़्यादा जोश विच ने मोदी दे पूरे खिलाफ हो चुके ने क्योंकि इन्हां नूं इह लग रिहा भी मोदी इन्हां दे खिलाफ हो चुका है ठीक है। इधर भी ट्रैक्टर हैगा इधर भी लोग बैठे ने इन्हों भी पूछते हैं तुसी जी पार्टी वालों आए कि किसानों के नाल आए हो? नहीं किसानों वालों आए पार्टी का तो इत्थे कोई मुद्दा ही नहीं सवाल ही नहीं। जी आम आदमी पार्टी के एमएलए जी ने पंजाब दी धी होण दे नाते पंजाब दी मिट्टी दा कर्ज चुकाउण ते केंद्र ने जिहड़ा पंजाब दे नाल धक्का कीता इतिहास गवाह है कि जदों जुल्म ते जालम नाल टक्कर लेनी होवे उदों पंजाब मोरी सफा दे विच चलदा। ते तुसी भी दिल्ली जा रहे हो जी? असीं जी दिल्ली जा रहे हो किसानां दे नाल बिल्कुल दिल्ली चले हो जी। दिल्ली जाना जरूरी है केंद्र नूं दसना जरूरी है कि पंजाबी कौन हुंदे। वैसे तानूं काफ़ी मोदी नूं अकल आ गई है बाकी उहदे वहम हुण निकल जाने। इतिहास उहने मैनूं लगदा फरोलिया नहीं होना ते हुण उहनूं याद कराउने असीं। कल तां याद आ गया होना ते मोदी नूं आपदा अहंकार तोड़ लेना चाहीदा। ये बाकी अगे चल जांदा साडे अगे नहीं चलदा। ये देख लो जी तुसी सारे किसानां ने जो फैसला कर लिया है सारियां दी इक्को ही आवाज है भी मोदी जिहड़ा आ काले कानून वापस करूगा किसान कहंदे तां वापस आवांगे जे मोदी काले कानून वापस लवेगा नहीं तां कहंदे दिल्ली साडा पक्का धरना आ असीं कहंदे असीं वापस नहीं आउणा। बाबा जी दी गल भी सुन लैंदे आ। बाबा जी तुसी भी दिल्ली जा रहे हो? होर दिल्ली जा रहे हैं काम करके आवे फतेह अभी गुरु साहब के सिंह हाँ गुरु गोबिंद सिंह के सारे मोर्चे उन्होंने सिखे अभी उन्होंने बच्चे हाँ जित के आवांगे।